ਇਹ ਵਾਲੀ ਸੁਰ ਨੂੰ ਸਾ ਰੱਖ ਕੇ ਅੱਜ ਆਪਾਂ ਇਹ ਸ਼ਬਦ ਦੀ ਰੀਤ ਕਰਾਂਗੇ। ਕੈਰਵਾ ਤਾਲ ਦੇ ਵਿੱਚ ਇਹ ਰੀਤ ਹੈ ਜੋ ਕਿ 8 ਮਾਤਰਾ ਦਾ ਹੁੰਦਾ ਹੈ। ਧਾ ਤਿੱਟ ਤਿੱਟ ਤਾ ਤਿੱਟ ਧਿਨ ਧਿਨ, ਇਹ ਵਾਲਾ ਕੈਰਵੇ ਦਾ ਠੇਕਾ ਵੱਜੇਗਾ। ਸੇਵਾ ਕਰੇ ਸੁਚਾਕਰ ਥੋੜ੍ਹਾ ਲੈ ਵਧਾ ਕੇ ਤੇਜ਼ ਕਰਕੇ ਗਾਉਣਾ ਹੈ। ਹੁਣ ਆਪਾਂ ਅੰਦਰ ਦੇਖਦੇ ਹਾਂ। ਅੰਤਰ ਵਸੈ ਨਾ ਬਾਹਰ ਜਾਏ, ਅੰਤਰ ਵਸੈ ਨਾ ਬਾਹਰ ਜਾਏ, ਅੰਮ੍ਰਿਤ ਛੋੜ ਕਾਹੇ ਭਿਖ ਖਾਏ। ਅੰਮ੍ਰਿਤ ਛੋਟ ਕਾਹੇ ਬਿਖ ਖਾਏ, ਅੰਮ੍ਰਿਤ ਛੋਟ ਕਾਹੇ ਬਿਖ ਖਾਏ, ਅੰਮ੍ਰਿਤ ਛੋਟ ਕਾਹੇ ਬਿਖ ਖਾਏ। ਸੇਵਾ ਕਰੇ ਸੁਚਾ ਕਰ ਜਲ ਥਲ ਮਹੀਅਲ ਰਵ ਰਿਆ ਸੋਏ, ਜਲ ਥਲ ਮਹੀਅਲ ਰਵ ਰਿਆ ਸੋਏ, ਸੇਵਾ ਕਰੇ ਸੁਚਾ ਕਰ ਹੋਏ। ਹੁਣ ਆਪਾਂ ਅਗਲਾ ਅੰਤਰਾ ਦੇਖਦੇ ਹਾਂ। ਐਸਾ ਗਿਆਨ ਜਪੋ ਮਨ ਚਾਕਰ ਸਾਚੇ ਕੇਰੇ, ਹੋ ਚਾਕਰ ਸਾਚੇ ਕੇਰੇ, ਹੋ ਚਾਕਰ ਸਾਚੇ ਕੇਰੇ। ਇਸ ਤੋਂ ਬਾਅਦ ਫਿਰ ਸਥਾਈ ਗਾਉਣੀ ਹੈ। ਹੁਣ ਆਪਾਂ ਅਗਲਾ ਅੰਤਰਾ ਦੇਖਦੇ ਹਾਂ। ਗਿਆਨ ਧਿਆਨ ਸਭ ਕੋਈ ਰਵੇ, ਗਿਆਨ ਧਿਆਨ ਸਭ ਕੋਈ ਰਵੇ, ਬੰਧਨ ਬਾਂਧਿਆ ਸਭ ਜਗ ਪਵੇ,
ਆਪਾਂ ਥੋੜਾ ਹੋਰ ਸਲੋ ਕਰਕੇ ਦੇਖਦੇ ਹਾਂ। ਬਾਂਧਨ ਬਾਂਧੇ ਸਭ ਜਗ ਭਵੈ, ਬਾਂਧਨ ਬਾਂਧੇ ਸਭ ਜਗ ਭਵੈ, ਬਾਂਧਨ ਬਾਂਧੇ ਸਭ ਜਗ ਭਵੈ। ਇੱਥੇ ਵੈਸੇ ਦੋਨਾਂ ਲਾਈਨਾਂ ਨੂੰ ਭਾਈ ਸਾਹਿਬ ਨੇ ਪ੍ਰਵਾਣ ਦੇ ਰੂਪ ਵਿੱਚ ਗਾਇਆ ਹੈ, ਪ੍ਰਮਾਣ ਦਿੱਤਾ ਹੈ ਇਹ ਅੰਤਰੇ ਨੂੰ, ਪਰ ਆਪਾਂ ਅੰਤਰਾ ਬਣਾ ਕੇ ਗਾਇਆ ਹੈ ਤਾਂ ਕਿ ਸੌਖਾ ਸਮਝ ਆ ਸਕੇ। ਹੁਣ ਆਪਾਂ ਅਗਲਾ ਅੰਤਰਾ ਦੇਖਦੇ ਹਾਂ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਪ੍ਰਣਵਤ ਨਾਨਕ ਤਾਰੇ ਸੋਏ, ਪ੍ਰਣਵਤ ਨਾਨਕ ਤਾਰੇ ਸੋਏ, ਪ੍ਰਣਵਤ ਨਾਨਕ ਤਾਰੇ ਸੋਏ। ਥੋੜ੍ਹਾ ਆਪਾਂ ਸਲੋ ਕਰਕੇ ਦੇਖ ਲੈਂਦੇ ਹਾਂ। ਪ੍ਰਣਵਤ ਨਾਨਕ ਤਾਰੇ ਸੋਏ, ਪ੍ਰਣਵਤ ਨਾਨਕ ਤਾਰੇ ਸੋਏ, ਸੇਵਾ ਕਰੇ ਸੁਚਾ ਕਰ ਹੋਏ, ਸੇਵਾ ਕਰੇ ਸੁਚਾ ਕਰ ਹੋਏ। ਭੈਰਵੀ ਰਾਗ ਨੂੰ ਟੱਚ ਕਰਦੀ ਇਹ ਰੀਤ ਹੈ।